ਬਟਿੰਡਾ ਦੇ ਵਿੱਚ ਆਜ਼ਾਦੀ ਦਿਹਾੜੇ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਦੇ ਵਿੱਚ ਕਾਲੇ ਝੰਡੇ ਫੜ ਕੇ ਸਰਕਾਰ ਦੇ ਖਿਲਾਫ ਜੰਮ ਕਰ ਨਾਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਬਟਿੰਡਾ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ। ਪ੍ਰਦਰਸ਼ਨਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਦੇਸ਼ ਆਜ਼ਾਦ ਹੋ ਚੁੱਕਿਆ ਹੈ ਪਰ ਅਸੀਂ ਹੱਲੇ ਵੀ ਗੁਲਾਮ ਹੈ, ਜਿਸ ਦੇ ਕਾਰਨ ਅਸੀਂ ਅੱਜ ਕਾਲਾ ਦਿਨ ਮਨਾ ਰਹੇ ਨੇ। ਹੱਥਾਂ ਦੇ ਵਿੱਚ ਕਾਲੇ ਝੰਡੇ ਫੜ ਕੇ ਅੱਜ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਹਮੇਸ਼ਾ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਹੈ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਹਿਰਾਸਤ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਡੀ ਵੱਡੀ ਗੱਲਾਂ ਕਰਦੇ ਸੀ, ਹੁਣ ਉਹਨਾਂ ਦੀ ਸਰਕਾਰ ਹੈ ਅਤੇ ਪੁਲਿਸ ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਪਰ ਹੱਲੇ ਵੀ ਉਹਨਾਂ ਨੂੰ ਆਪਣੀ ਹੱਕ ਦੀ ਲੜਾਈ ਲੜਨੀ ਪੈ ਰਹੀ ਹੈ। ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪੁਲਿਸ ਨੇ ਕਾਫੀ ਪਰੇਸ਼ਾਨ ਕੀਤਾ, ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ। ਉਹਨਾਂ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛੇ। ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਨੂੰ ਸਵਾਲ ਵੀ ਨਹੀਂ ਕੀਤਾ ਜਾ ਸਕਦਾ, ਆਖਿਰ ਇਹ ਕਿੱਦਾਂ ਦੀ ਆਜ਼ਾਦੀ ਹੈ। ਜਿਹੜੇ ਲੋਕ ਕਹਿੰਦੇ ਆ ਕਿ ਆਜ਼ਾਦੀ ਦੇ ਸੁਣਾ ਰਹੇ ਆ, ਇੱਥੋਂ ਦਾ ਸੀਐਮ ਭਗਵੰਤ ਮਾਨ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ, ਆਹ ਆਜ਼ਾਦੀ ਆ ਸਾਡੇ ਲੋਕਾਂ ਦੀ, ਆਹ ਹਕੂਮਤ ਜਿਹੜੀ ਪਹਿਲਾਂ ਲੋਕਾਂ 'ਤੇ ਠੰਡੇ ਦੇ ਨਾਲ ਰਾਜ ਕਰਦੀ ਸੀ, ਅੱਜ ਭਗਵੰਤ ਮਾਨ ਦੀ ਸਰਕਾਰ ਆ। ਆਹ ਦੇਖ ਲਓ ਸ਼ਰਿਆਂ ਨਾਲ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ, ਸਾਡੇ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਖਾਤਾ ਅਸੀਂ ਪ੍ਰਦਰਸ਼ਨ ਕੀਤਾ। ਮੇਰਾ ਨਾਂ ਜੀ ਕਰਮਜੀਤ ਸਿੰਘ ਹੈ ਜੀ। ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਕੰਨਿਓਂ, ਅੱਜ ਦਾ ਜੋ 15 ਅਗਸਤ ਆ ਉਹ ਤੈਅ ਕੀਤਾ ਹੋਇਆ ਵੀ ਅਸੀਂ ਗੁਲਾਮ ਹੈ, ਗੁਲਾਮੀ ਦਿਵਸ ਅੱਜ ਅਸੀਂ ਕਾਲਾ ਦਿਨ ਮਨਾ ਰਹੇ ਹਾਂ, ਕਿਉਂਕਿ ਜੋ ਇੱਥੋਂ ਦੀਆਂ ਸਰਕਾਰਾਂ ਭਲਾ ਸੂਬੇ ਦੀ ਸਰਕਾਰ ਆ, ਸੈਂਟਰੀ ਦੀ ਸਰਕਾਰ ਆ, ਇਹ ਕਹਿੰਦੇ ਆ ਵੀ ਇੱਥੇ ਜਿਹੜੇ ਲੋਕ ਹੈ ਇੱਥੇ ਵੀ ਜਿਹੜੇ ਵਧੀਆ ਆਪਦਾ ਕਰ ਰਿਹਾ। ਅਸੀਂ ਕਹਿੰਦੇ ਹਾਂ ਵੀ ਇੱਥੇ 8-8 ਹਜ਼ਾਰ 'ਚ ਸਾਨੂੰ ਦਸ 15-15 ਸਾਲ ਹੋ ਗਏ, ਇੱਥੋਂ ਦੀਆਂ ਸਰਕਾਰਾਂ ਜਾਂ ਆਊਟ ਸੋਸਕ ਰਹੀ ਸਾਡਾ ਸ਼ੋਸ਼ਣ ਕਰ ਰਹੀਆਂ, ਅਤੇ ਅਸੀਂ 8-8 ਹਜ਼ਾਰ ਰੁਪਏ 'ਚ ਜੋ ਮਹੀਨੇ ਦਾ ਸਾਡਾ ਜੋ ਟਾਈਮ ਪਾਸ ਨਹੀਂ ਹੁੰਦਾ, ਇਸ ਕਰਕੇ ਸਰਕਾਰਾਂ ਮੀਟਿੰਗ ਦਿੰਦਾ ਮੁੱਕਰ ਜਾਂਦੀਆਂ। ਇਹਦੂ ਪਹਿਲਾਂ ਵੀ ਸਰਕਾਰਾਂ ਕਹਿੰਦੀਆਂ ਸੀ ਵੀ ਜੇ ਸਾਡੀ ਸਰਕਾਰ ਆ ਗਈ ਇਹੀ ਭਗਵੰਤ ਮਾਨ ਬੋਲਦਾ ਰਿਹਾ, ਕੋਈ ਟੈਂਕੀ 'ਤੇ ਨਹੀਂ ਚੜੂਗਾ, ਕੋਈ ਇੱਥੇ ਧਰਨਾ ਨਹੀਂ ਲਾਊਗਾ। ਅੱਜ ਤੁਹਾਡੇ ਸਾਹਮਣੇ ਆ, ਇੱਥੇ ਟੈਂਕੀਆਂ 'ਤੇ ਵੀ ਚੜ੍ਹਦੇ ਆ ਮੁਲਾਜ਼ਮ, ਧਰਨੇ ਵੀ ਲਾ ਰਹੇ ਹਾਂ। ਇਸ ਕਰਕੇ ਸਾਡਾ ਅੱਜ ਦਾ ਜਿਹੜਾ ਹੈਗਾ ਅੱਜ ਦਾ ਦਿਨ ਉਹ ਕਾਲੇ ਦਿਵਸ ਕੋਲ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਕੋਲ ਮਨਾ ਰਹੇ ਹਾਂ।